ਕਹਿੰਦੇ ਮੈਂ ਜਸਟ ਲਾਟੀ ਜੀ ਮੋਹਾਲੀ ਤੋਂ ਡੱਬੀ ਮਾਸੇ ਆਇਆ ਇਲੈਕਟ੍ਰਿਕ ਹੋਰ ਸਰ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਗੁਰਮੀਤ ਤੇ ਅੱਜ ਸਾਡੇ ਸਾਡੇ ਜਲੰਧਰ ਲਲਿਤ ਭਾਈ ਦੇ ਸਟੂਡੀਓ ਕਰ ਰਹੇ ਡੱਬਿੰਗ ਕਰ ਰਹੇ ਜੀ ਪੰਜਾਬੀ ਫਿਲਮ ਦੀ ਸਾਡੇ ਬਹੁਤ ਹੀ ਪਿਆਰੇ ਆਰਟਿਸਟ ਸਾਡੇ ਸੀਨੀਅਰ ਜਸਟ ਗੁਲਾਟੀ ਚੰਡੀਗੜ੍ਹ ਤੋਂ ਸਪੈਸ਼ਲ ਅੱਜ ਆਏ ਸਾਡੇ ਸਟੂਡੀਓ ਥੈਂਕ ਯੂ ਗੁਰਮੀਤ ਸਾਡੇ ਕਿੱਦਾਂ ਲੱਗਾ ਤੁਹਾਨੂੰ ਸਰ ਅੱਜ ਸਾਡੇ ਨਾਲ ਗੁਰਮੀਤ ਪਹਿਲੀ ਗੱਲ ਤਾਂ ਬਹੁਤ ਦਿਨਾਂ ਬਾਅਦ ਤੁਹਾਨੂੰ ਮਿਲਿਆ ਬਹੁਤ ਅੱਛਾ ਲੱਗਾ ਥੈਂਕ ਯੂ ਜੀ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਇਹ ਮੈਨੂੰ ਯਾਦ ਹੈ ਜਦੋਂ ਇਹ ਫਿਲਮ ਤਰਲੋਚਨ ਭਾਜੀ ਨੇ ਸ਼ੁਰੂ ਕੀਤੀ ਸੀ ਉਦੋਂ ਦੇ ਤੁਸੀਂ ਨਾਲ ਜੁੜੇ ਹੋ ਹਨਾ ਪਹਿਲੇ ਕੁਝ ਨਾਮ ਵੀ ਦਾ ਹੋਰ ਸੀ ਹੁਣ ਲੈ ਚੱਲ ਵੇ ਫਿਲਮ ਦਾ ਨਾਮ ਟਾਈਟਲ ਚੇਂਜ ਕਰਤਾ ਪਹਿਲਾਂ ਕੁਝ ਹੋਰ ਸੀਗਾ ਇਸ ਤੋਂ ਫਾਈਨਲ ਫਾਈਨਲ ਇਹ ਕੀਤਾ ਆਪਾਂ ਤੇ ਇਹ ਚ ਜੋਲ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਆ ਲਖਿੰਦਰ ਜੋਲ ਜੀ ਤੇ ਬਹੁਤ ਅੱਛਾ ਲੱਗਾ ਸ਼ੂਟ ਵੇਲੇ ਵੀ ਬਹੁਤ ਅੱਛਾ ਲੱਗਾ ਆਲਦੋ ਥੋੜਾ ਲੇਟ ਹੋਇਆ ਕੋਵਿਡ ਕਰਕੇ ਲੇਕਿਨ ਫਾਈਨਲੀ ਹੁਣ ਪ੍ਰੋਡਕਟ ਸਾਡਾ ਤਿਆਰ ਹੈ ਤੇ ਗੁਰਮੀਤ ਨੇ ਐਸੋਸੀਏਟ ਡਾਇਰੈਕਟਰ ਹੈ ਔਰ ਫਿਲਮ ਦੇ ਐਡੀਟਰ ਵੀ ਤੁਸੀਂ ਕੀਤਾ ਬਹੁਤ ਅੱਛਾ ਕੰਮ ਕੀਤਾ ਮੈਂ ਐਡੀਟਿੰਗ ਥੋੜ੍ਹੀ ਦੇਖੀ ਵੀ ਹੈ ਡਬਿੰਗ ਦੇ ਟਾਈਮ ਤੇ ਮੈਨੂੰ ਲੱਗਦਾ ਫਿਲਮ ਬਹੁਤ ਅੱਛੀ ਤਿਆਰ ਹੋਈ ਹੈ ਔਰ ਫਾਈਨਲ ਪ੍ਰੋਡਕਟ ਬਹੁਤ ਅੱਛਾ ਬਣੇਗਾ ਇਹ 'ਚ ਸਾਰਿਆਂ ਦੀ ਮਿਹਨਤ ਹੈ ਤਰਲੋਚਨ ਭਾਜੀ ਤੇ ਹੈ ਹੀ ਹੈ ਡਾਕਟਰ ਲਖਵਿੰਦਰ ਜੋਲ ਹੈ ਗੁਰਮੀਤ ਜੀ ਤੁਸੀਂ ਹੋ ਹੈ ਨਾ ਸਾਰੇ ਸੀਨੀਅਰ ਆਰਟਿਸਟ ਹੈ ਸਾਡਾ ਵੀ ਥੋੜ੍ਹਾ ਜਿਹਾ ਯੋਗਦਾਨ ਹੈ ਵਿੱਚ ਤੇ ਇਹ ਸਾਡੀ ਮੂਵੀ ਕਾਫੀ ਟਾਈਮ ਤੋਂ ਫਸੀ ਸੀਗੀ ਪਹਿਲਾਂ 3-4 ਸਾਲ ਪਹਿਲਾਂ ਹੀ ਸ਼ੂਟ ਕੀਤੀ ਸੀ ਕੋਵਿਡ ਕਰਕੇ ਥੋੜਾ ਲੇਟ ਹੋ ਗਈ ਇਸ ਤੋਂ ਬਾਅਦ ਹੁਣ ਅਸੀਂ ਇਸੀ ਯਰ ਆਪਾਂ ਸ਼ੂਟ ਕੀਤੀ ਹੈ ਮੂਵੀ ਜਨਵਰੀ ਫਰਵਰੀ ਚ ਨਾ ਤੇ ਸਾਡਾ ਸਾਰਾ ਪ੍ਰੋਜੈਕਟ ਬਹੁਤ ਵਧੀਆ ਸ਼ੂਟ ਹੋਇਆ ਤੇ ਬਹੁਤ ਹੀ ਵਧੀਆ ਸਾਡੀ ਫਿਲਮ ਬਣੇਗੀ ਔਰ ਤੁਸੀਂ ਲਾਈਕ ਵੀ ਕਰੋਗੇ ਅਸੀਂ ਇਸੇ ਸਾਲ ਦੇ ਵਿੱਚ ਰਿਲੀਜ਼ ਕਰਾਂਗੇ ਤੇ ਜਲੰਧਰ ਸਿਨੇਮੇ ਚ ਵੀ ਲਗਾਵਾਂਗੇ ਵੈਰੀ ਗੁੱਡ ਵੈਰੀ ਗੁੱਡ ਤੇ ਇਸ ਤੋਂ ਬਾਅਦ ਚਲੋ ਜੀ ਮੇਰੇ ਵੱਲੋਂ ਪੂਰੀ ਟੀਮ ਨੂੰ ਤਰਲੋਚਨ ਭਾਜੀ ਨੂੰ ਜੋਲ ਸਾਹਿਬ ਨੂੰ ਗੁਰਮੀਤ ਨੂੰ ਖਾਸ ਤੌਰ ਤੇ ਬਹੁਤ ਬਹੁਤ ਮੁਬਾਰਕਾਂ ਔਰ ਮੇਰੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ ਹੈ ਪਰਮਾਤਮਾ ਕਰੇ ਇਹ ਫਿਲਮ ਬਹੁਤ ਅੱਛੀ ਬਣੇ ਬਹੁਤ ਅੱਛੀ ਚੱਲੇ ਥੈਂਕ ਯੂ ਸਰ ਆਲ ਦੀ ਬੈਸਟ ਥੈਂਕ ਯੂ